ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਆਜ ਦੀਆਂ ਖਬਰਾਂ ਤੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਖਿਲਾਫ ਗੁਪਤ ਦਸਤਾਵੇਜ਼ ਮਾਮਲੇ ਤੇ ਰੋਕ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ 2020 ਚ ਚੋਣਾਂ ਹਾਰਨ ਤੋਂ ਬਾਅਦ ਵਾਈਟ ਹਾਊਸ ਛੱਡਣ ਸਮੇਂ 트ੰਪ ਤੇ ਗੁਪਤ ਦਸਤਾਵੇਜ਼ਾਂ ਨਾਲ ਛੇੜਖਾਨੀ ਕਰਨ ਦੇ ਦੋਸ਼ ਲੱਗੇ ਸਨ ਗੌਰਤਲਬ ਹੈ ਕਿ ਡੋਨਾਲਡ 트ੰਪ ਦੁਆਰਾ ਨਿਯੁਕਤ ਜ਼ਿਲ੍ਹਾ ਜੱਜ ਇਲੀਨ ਕੈਨਨ ਨੇ ਜੁਲਾਈ ਚ ਹੀ ਇਸ ਕੇਸ ਨੂੰ ਖਾਰਜ ਕਰ ਦਿੱਤਾ ਸੀ ਅਦਾਲਤ ਨੇ ਕਿਹਾ ਸੀ ਕਿ ਇਸ ਕੇਸ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਨੂੰ ਗਲਤ ਤਰੀਕੇ ਨਾਲ ਨਿਯੁਕਤ ਕੀਤਾ ਗਿਆ ਸੀ ਇਸ ਦੇ ਜੈਕ ਸਮਿਥ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਖਿਲਾਫ ਕੋਰਟ ਆਫ ਅਪੀਲਸ 'ਚ ਪਟੀਸ਼ਨ ਦਾਇਰ ਕੀਤੀ ਸੀ ਪਰ ਰਾਸ਼ਟਰਪਤੀ ਚੋਣ 'ਚ ਡ੍ਰੰਪ ਦੀ ਜਿੱਤ ਤੋਂ ਬਾਅਦ ਸਮਿਥ ਨੇ ਹੁਣ ਕਾਰਵਾਈ ਰੋਕਣ ਦੀ ਅਪੀਲ ਕੀਤੀ ਹੈ ਇੱਕ ਸੰਗੀ ਜੱਜ ਨੇ ਪਿਛਲੇ ਹਫਤੇ ਸਮਿਥ ਦੀਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਲਈ ਟਰੰਪ ਖਿਲਾਫ ਕੇਸ ਨੂੰ ਰੋਕਣ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ ਜ਼ਿਕਰਯੋਗ ਹੈ ਕਿ ਅਮਰੀਕੀ ਨਿਆਂ ਵਿਭਾਗ ਦੀ ਮੌਜੂਦਾ ਰਾਸ਼ਟਰਪਤੀ ਤੇ ਮੁਕੱਦਮਾ ਨਾ ਚਲਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਹੈ ਟਰੰਪ ਉਤੇ ਸੰਯੁਕਤ ਰਾយ ਨੂੰ ਧੋਖਾ ਦੇਣ ਅਤੇ ਅਧਿਕਾਰਤ ਕਾਰਵਾਈ 'ਚ ਰੁਕਾਵਟ ਪਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ। ਡੋਨਲਡ ਟਰੰਪ ਜਾਣਬੁੱਝ ਕੇ ਰਾਸ਼ਟਰੀ ਰੱਖਿਆ ਜਾਣਕਾਰੀ ਰੱਖਣ ਦੇ 31 ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ, ਜਿਨ੍ਹਾਂ 'ਚੋਂ ਹਰੇਕ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸਤੇ ਨਿਆਂ 'ਚ ਰੁਕਾਵਟ ਪਾਉਣ ਦੀ ਸਾਜ਼ਿਸ਼ ਰਚਣ ਅਤੇ ਝੂਠੇ ਬਿਆਨ ਦੇਣ ਦਾ ਵੀ ਦੋਸ਼ ਲਗਾਇਆ ਗਿਆ ਸੀ। ਉਸ ਨੂੰ ਮਈ 'ਚ ਨਿਊਯਾਰਕ 'ਚ ਪੂਨ ਸਟਾਰ ਸਟਾਰਮੀ ਡੈਨੀਅਲਜ਼ ਨੂੰ 2016 ਦੀਆਂ ਚੋਣਾਂ ਦੀ ਪੂਰਵ ਸੰਧਿਆ ਤੇ ਕਥਿਤ 2006 ਦੇ ਜਿਣਸੀ ਸਬੰਧਾਂ ਦਾ ਖੁਲਾਸਾ ਕਰਨ ਤੋਂ ਰੋਕਣ ਲਈ ਪੈਸੇ ਦਾ ਭੁਗਤਾਨ ਕਰਨ ਲਈ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਇਸ ਮਾਮਲੇ 'ਚ ਸਜ਼ਾ ਦਾ ਐਲਾਨ 19 ਨਵੰਬਰ ਨੂੰ ਹੋ ਸਕਦਾ ਹੈ ਰਾਸ਼ਟਰਪਤੀ ਜੋ ਬਾਈਡਨ ਆਪਣੇ ਕਾਰਜਕਾਲ ਦੇ ਆਖਰੀ ਮੁੱਖ ਅੰਤਰਰਾਸ਼ਟਰੀ ਸੰਮੇਲਨ 'ਚ ਹਿੱਸਾ ਲੈਣ ਲਈ ਲਾਤੀਨੀ ਅਮਰੀਕਾ ਦੇ 6 ਦਿਨਾਂ ਦੌਰੇ ਤੇ ਵੀਰਵਾਰ ਨੂੰ ਪੇਰੂ ਪਹੁੰਚੇ ਦੁਨੀਆ ਭਰ ਦੇ ਨੇਤਾ ਇਸ ਗੱਲ ਤੇ ਧਿਆਨ ਦੇ ਰਹੇ ਨੇ ਕਿ ਡੋਨਲਡ ਟਰੰਪ ਦਾ ਰਾਸ਼ਟਰਪਤੀ ਬਣਨਾ ਉਨਾ ਦੇ ਦੇਸ਼ਾਂ ਲਈ ਕਿੰਨਾ ਮਾਇਨੇ ਰੱਖਦਾ ਹੈ ਬਾਈਡਨ ਲਈ Peru ਚ Asia ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੀ ਯਾਤਰਾ ਅਤੇ Brazil ਚ Amazon Rain Forest ਜਾਣਾ ਅਤੇ G20 ਨੇਤਾਵਾਂ ਦੇ ਸਿਖਰ ਸੰਮੇਲਨ ਚ ਸ਼ਿਰਕਤ ਕਰਨਾ ਰਾਸ਼ਟਰਪਤੀ ਦੇ ਰੂਪ ਚ ਉਹਨਾਂ ਰਾਜਾਂ ਦੇ ਮੁਖੀਆਂ ਨੂੰ ਮਿਲਣ ਦਾ ਆਖਰੀ ਮੌਕਾ ਹੈ ਜਿਨ੍ਹਾਂ ਨਾਲ ਉਹਨਾਂ ਨੇ ਸਾਲਾਂ ਦੌਰਾਨ ਕੰਮ ਕੀਤਾ ਹੈ ਪਰ ਦੁਨੀਆ ਭਰ ਦੇ ਨੇਤਾਵਾਂ ਦੀਆਂ ਨਜ਼ਰਾਂ ਹੁਣ 트ੰਪ ਤੇ ਟਿਕੀਆਂ ਹੋਈਆਂ ਨੇ ਉਹ ਪਹਿਲਾਂ ਹੀ ਫੋਨ ਤੇ 트ੰਪ ਨੂੰ ਵਧਾਈ ਦੇ ਚੁੱਕੇ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ 골ਫ ਪ੍ਰੇਮੀ 트ੰਪ ਨੂੰ ਮਿਲਣ ਦਾ ਮੌਕਾ ਲੱਭਣ ਲਈ 골ਫ ਗੇਮ ਦਾ ਸਹਾਰਾ ਲੈ ਰਹੇ ਨੇ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਬਾਈਡਨ ਦਾ ਦੌਰਾ ਮਹੱਤਵਪੂਰਨ ਹੋਵੇਗਾ ਉਹਨਾਂ ਦੇ ਏਜੰਡੇ 'ਚ ਜਲਵਾਯੂ ਮੁੱਦੇ ਗਲੋਬਲ ਬੁਨਿਆਦੀ ਢਾਂਚਾ ਨਸ਼ੀਲੇ ਪਦਾਰਥ ਵਿਰੋਧੀ ਯਤਨਾਂ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਗਲੋਬਲ ਨੇਤਾਵਾਂ ਨਾਲ 1 ਟੂ 1 ਮੀਟਿੰਗਾਂ ਅਤੇ ਦੱਖਣੀ ਕੋਰੀਆ ਦੇ ਯੂਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨਾਲ ਸਾਂਝੀ ਬੈਠਕ ਸ਼ਾਮਲ ਹੋਵੇਗੀ ਬਾਈਡਨ ਦਾ ਦੱਖਣੀ ਅਮਰੀਕਾ ਦਾ ਦੌਰਾ ਵਾਈਟ ਹਾਊਸ 'ਚ 트ੰਪ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਹੋਇਆ ਏ ਇਸ ਬੈਠਕ 'ਚ ਗਾਜ਼ਾ, ਲਿਬਨਾਨ ਅਤੇ ਯੂਕਰੇਨ 'ਚ ਵਿਵਾਦਾਂ ਤੇ ਚਰਚਾ ਕੀਤੀ ਜਾਏਗੀ ਬਾਈਡਨ ਨਾਲ ਗੱਲਬਾਤ ਤੋਂ ਬਾਅਦ 트ੰਪ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਮੈਂ ਉਹਨਾਂ ਤੋਂ ਉਹਨਾਂ ਦੇ ਵਿਚਾਰ ਪੁੱਛੇ ਤੇ ਉਹਨਾਂ ਨੇ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਐਕਸ, ਟੈਸਲਾ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੇ ਕਾਫੀ ਨਜ਼ਦੀਕ ਮੰਨੇ ਜਾ ਰਹੇ ਨੇ ਟਰੰਪ ਨੇ ਹਾਲ ਹੀ ਚ ਐਲਨ ਮਸਕ ਦੇ ਨਾਲ ਵਿਵੇਕਰਾਮਾ ਸੁਆਮੀ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਡੀਓਜੀਈ ਦਾ ਮੁਖੀ ਨਿਯੁਕਤ ਕੀਤਾ ਹੈ ਇਸ ਨਵੀਂ ਜ਼ਿੰਮੇਵਾਰੀ ਨਾਲ ਮਸਕ ਅਤੇ ਟਰੰਪ ਵਿਚਾਲੇ ਨੇੜਤਾ ਹੋਰ ਮਜ਼ਬੂਤ ਹੋਈ ਹੈ ਉੱਥੇ ਹੀ ਟਰੰਪ ਨੇ ਮਜ਼ਾਕੀਆ ਲਹਿਜੇ ਚ ਮਸਕ ਤੇ ਅਜਿਹੀ ਟਿੱਪਣੀ ਕੀਤੀ ਹੈ ਜਿਸ ਨਾਲ ਰਿਪਬਲਿਕਨ ਮੈਂਬਰ ਹੱਸ ਰਹੇ ਨੇ ਦਰਅਸਲ ਟਰੰਪ ਨੇ ਮਸਕ ਦੀ ਉਸ ਨਾ ਦੇ ਆਸ-ਪਾਸ ਅਕਸਰ ਮੌਜੂਦਗੀ ਦਾ ਮਜ਼ਾਕ ਉਡਾਇਆ ਹੈ NBC نیوز ਮੁਤਾਬਕ 트럼ਪ ਨੇ ਰਿਪਬਲਿਕਨ ਹਾਊਸ ਦੇ ਮੈਂਬਰਾਂ ਸਾਹਮਣੇ ਮਜ਼ਾਕ ਚ ਕਿਹਾ ਐਲਨ ਮਸਕ ਘਰ ਨਹੀਂ ਜਾਂਦੇ ਮੈਂ ਉਹਨਾਂ ਤੋਂ ਪਿੱਛਾ ਨਹੀਂ ਛੁਡਾ ਪਾਰਿਆ ਹਾਂ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ 트럼ਪ ਦਾ ਇਹ ਬਿਆਨ ਮਜ਼ਾਕ ਚ ਦਿੱਤਾ ਗਿਆ ਸੀ ਜੋ ਮਸਕ ਦੀ ਭਾਗੀਦਾਰੀ ਦੇ ਪ੍ਰਤੀ ਉਹਨਾਂ ਦੀ ਪ੍ਰਸ਼ੰਸਾ ਨੂੰ ਦਰਸਾਉਂਦਾ ਹੈ ਸੂਤਰਾਂ ਮੁਤਾਬਕ ਚੋਣ ਨਤੀਜੇ ਆਉਣ ਤੋਂ ਬਾਅਦ ਮਸਕ ਲਗਾਤਾਰ ਫਲੋਰੀਡਾ ਦੇ ਮਾਰੇ ਲਾਗੋ ਵਿੱਚ ਮੌਜੂਦ ਨੇ ਉਹਨਾਂ ਦੀ ਮੌਜੂਦਗੀ ਇੰਨੀ ਜ਼ਿਆਦਾ ਰਹੀ ਹੈ ਕਿ 트럼ਪ ਦੇ ਕਈ ਕਰੀਬੀ ਇਸ ਨੂੰ ਲੈ ਕੇ ਬੇਚੈਨ ਹੋ ਰਹੇ ਨੇ ਸੂਤਰਾਂ ਮੁਤਾਬਕ ਮਸਕ ਨੇ ਟਰੰਪ ਦੀਆਂ ਵੱਖ-ਵੱਖ ਅਹਿਮ ਕਾਲਾਂ ਅਤੇ ਮੀਟਿੰਗਾਂ 'ਚ ਵੀ ਹਿੱਸਾ ਲਿਆ ਜਿਨ੍ਹਾਂ 'ਚੋ ਇੱਕ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਸੀ ਇਸ ਸਥਿਤੀ ਦੇ ਬਾਰੇ 'ਚ ਇੱਕ ਵਿਅਕਤੀ ਨੇ ਕਿਹਾ ਉਹ ਅਜੀਹਾ ਵਿਵਹਾਰ ਕਰ ਰਹੇ ਨੇ ਜਿਵੇਂ ਉਹ ਸਹਿ ਰਾਸ਼ਟਰਪਤੀ ਹੋਣ ਤੇ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦਾ ਟਰੰਪ ਪ੍ਰਸ਼ਾਸਨ 'ਚ ਕਿੰਨਾ ਯੋਗਦਾਨ ਹੈ ਹਾਲਾਂਕਿ ਮਸਕ ਨੇ ਇਸ ਮਸਲੇ ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਪਰ ਉਹਨਾਂ ਦੇ ਨਜ਼ਦੀਕੀ ਸੂਤਰਾਂ ਦਾ ਮੰਨਣਾ ਹੈ ਕਿ ਉਹ ਟਰੰਪ ਪ੍ਰਸ਼ਾਸਨ 'ਚ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਨੇ ਉਹਨਾਂ ਦੀ ਲਗਾਤਾਰ ਮੌਜੂਦਗੀ ਤੇ ਹਰ ਮੁੱਦੇ ਤੇ ਰਾਏ ਦੇਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਆਪਣੇ ਆਪ ਨੂੰ ਟਰੰਪ ਪ੍ਰਸ਼ਾਸਨ ਦਾ ਅਹਿਮ ਹਿੱਸਾ ਮੰਨਦੇ ਨੇ ਡੋਨਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸੌਂਚ ਚੁੱਕ ਕੇ ਅਮਰੀਕਾ ਦੀ ਸੱਤਾ ਸੰਭਾਲਣਗੇ ਇਸ ਤੋਂ ਬਾਅਦ ਉਹ ਕੰਮਕਾਜ ਲਈ ਵਾਈਟ ਹਾਊਸ ਆ ਕੇ ਰੁਕਣਗੇ ਪਰ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਦੇ ਵਾਈਟ ਹਾਊਸ 'ਚ ਫਰਸਟ ਲੇਡੀ ਵਜੋਂ ਰਹਿਣ ਦੀ ਸੰਭਾਵਨਾ ਘੱਟ ਹੈ ਜ਼ਿਕਰ ਹੋ ਗਿਆ ਕਿ ਉਹ ਜ਼ਿਆਦਾਤਰ ਸਮਾਂ ਨਿਊਯਾਰਕ ਤੋਂ ਬਿਤਾਉਣਗੇ ਜਿੱਥੇ ਉਹ ਆਪਣੇ ਬੇਟੇ ਨਾਲ ਰਹਿਣਗੇ ਇਸ ਤੋਂ ਇਲਾਵਾ ਪਿਛਲੇ 4 ਸਾਲਾਂ 'ਚ ਉਹਨਾਂ ਨੇ ਫਲੋਰੀਡਾ 'ਚ ਨਵੇਂ ਦੋਸਤ ਬਣਾਏ ਨੇ ਇਸ ਲਈ ਸੰਭਾਵਨਾ ਹੈ ਕਿ ਫਲੋਰੀਡਾ 'ਚ ਵੀ ਉਹ ਕੁਝ ਸਮਾਂ ਬਿਤਾਉਣਗੇ ਹਾਲਾਂਕਿ ਫਰਸਟ ਲੇਡੀ ਦੇ ਤੌਰ ਤੇ ਮੈਲਾਨੀਆ ਅਹਿਮ ਕੰਮਕਾਜ 'ਚ ਸ਼ਾਮਲ ਹੋਣਗੇ ਉਹ ਮੁੱਖ ਸਮਾਗਮਾਂ 'ਚ ਵੀ ਨਜ਼ਰ ਆ ਸਕਦੇ ਨੇ ਪਰ ਉਹ ਅਗਲੇ 4 ਸਾਲਾਂ ਤੱਕ ਜ਼ਿਆਦਾਤਰ ਸਮਾਂ ਵਾਈਟ ਹਾਊਸ ਤੋਂ ਦੂਰੀ ਬਣਾ ਕੇ ਰੱਖ ਸਕਦੇ ਨੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ 트੍ਰੰਪ ਰਾਸ਼ਟਰਪਤੀ ਬਾਈਡਨ ਨੂੰ ਮਿਲਣ ਲਈ ਬੁੱਧਵਾਰ ਨੂੰ ਵਾਈਟ ਹਾਊਸ ਪਹੁੰਚੇ ਇਸ ਦੌਰਾਨ ਪਤਨੀ ਮੈਲਾਨੀਆ 트੍ਰੰਪ ਉਹਨਾਂ ਦੇ ਨਾਲ ਨਹੀਂ ਸਨ ਇਸ ਮੁਲਾਕਾਤ ਲਈ ਜੋ ਬਾਈਡਨ ਤੇ ਫਰਸਟ ਲੇਡੀ ਜਿਲ ਬਾਈਡਨ ਨੇ 트੍ਰੰਪ ਅਤੇ ਮੈਲਾਨੀਆ ਨੂੰ ਸੱਦਾ ਭੇਜਿਆ ਸੀ ਅਮਰੀਕਾ 'ਚ ਇਹ ਪਰੰਪਰਾ ਰਹੀ ਹੈ ਕਿ ਮੌਜੂਦਾ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਵਾਈਟ ਹਾਊਸ ਨੂੰ ਸੱਦਾ ਭੇਜਦਾ ਆ ਇਸ ਮੁਲਾਕਾਤ ਨੂੰ ਸ਼ਾਂਤੀਪੂਰਵਕ ਸੱਤਾ ਸੌਂਪਣ ਦੀ ਸ਼ੁਰੂਆਤ ਵਜੋਂ ਦੇਖਿਆ ਜਾਂਦਾ ਹੈ ਅਮਰੀਕਾ ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ 1 ਲੱਖ ਤੋਂ ਵੱਧ ਲੋਕਾਂ ਨੇ ਐਲਨ ਮਸਕ ਦੇ ਇੰਟਰਨੈਟ ਮੀਡੀਆ ਪਲੇਟਫਾਰਮ ਐਕਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸਾਲ 2022 ਚ ਐਲਨ ਮਸਕ ਵੱਲੋਂ ਐਕਵਾਇਰ ਕਰਨ ਤੋਂ ਬਾਅਦ ਯੂਜ਼ਰ ਦੀ ਇਹ ਸਭ ਤੋਂ ਵੱਡੀ ਹਿਜਰਤ ਹੈ। ਉਹ ਬਲੂਸਕੀ ਵਰਗੇ ਪਲੇਟਫਾਰਮ ਨਾਲ ਜੁੜ ਗਏ ਨੇ। ਐਕਸ ਛੱਡਣ ਵਾਲਿਆਂ ਦਾ ਪ੍ਰਮੁੱਖ ਪੱਤਰਕਾਰ ਚਾਰਲੀ ਵਾਰਜੇਲ, ਨਿਊਯਾਰਕ ਟਾਈਮਜ਼ ਦੇ ਮਾਰਾਗੇ ਅਤੇ ਸਾਬਕਾ ਸੀਐਨਐਨ ਐਂਕਰ ਡਾਨ ਲੈਮਨ ਸ਼ਾਮਲ ਨੇ। ਬ੍ਰਿਟਿਸ਼ ਅਖਬਾਰ ਦਾ ਗਾਰਡੀਅਨ ਨੇ ਅਮਰੀਕੀ ਚੋਣ ਪ੍ਰਕਿਰਿਆ ਦੌਰਾਨ ਮਸਕ ਦੇ ਪ੍ਰਭਾਵ ਤੇ ਚਿੰਤਾ ਦਾ ਹਵਾਲਾ ਦਿੰਦਿਆਂ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਐਕਸ ਛੱਡ ਰਿਹਾ ਹੈ ਹੁਣ ਉਹ ਸਾਈਟ ਤੇ ਕਿਸੇ ਵੀ ਅਧਿਕਾਰਕ ਗਾਰਡੀਅਨ ਅਕਾਊਂਟ ਤੋਂ ਪੋਸਟ ਨਹੀਂ ਕਰੇਗਾ ਦਾ ਗਾਰਡੀਅਨ ਨੇ ਕਿਹਾ ਕਿ ਹਾਲ ਹੀ ਦੀਆਂ ਅਮਰੀਕੀ ਚੋਣਾਂ ਚ ਪਤਾ ਲੱਗਾ ਹੈ ਕਿ ਐਕਸ ਇੱਕ ਜ਼ਹਿਰੀਲਾ ਮੰਚ ਹੈ ਤੇ ਮਸਕ ਇਸ ਦੀ ਵਰਤੋਂ ਸਿਆਸਤ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਨੇ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਸਮਰਲ ਵੈਬ ਦੀ ਰਿਪੋਰਟ ਦੇ ਮੁਤਾਬਕ 115000 ਤੋਂ ਵੱਧ ਅਮਰੀਕੀ ਯੂਜ਼ਰਜ਼ ਨੇ ਚੋਣਾਂ ਦੇ ਅਗਲੇ ਦਿਨ ਹੀ ਆਪਣੇ ਐਕਸ ਖਾਤੇ ਡੀਐਕਟਿਵ ਕਰ ਦਿੱਤੇ ਉੱਥੇ ਬਲੂਸਕੀ ਦੇ ਯੂਜ਼ਰਜ਼ ਦੀ ਗਿਣਤੀ 90 ਦਿਨਾਂ ਚ ਦੁੱਗਣੀ ਹੋ ਗਈ ਇਸ ਪਲੇਟਫਾਰਮ ਨਾਲ ਇੱਕ ਹਫ਼ਤੇ ਚ ਹੀ 10 ਲੱਖ ਨਵੇਂ ਲੋਕ ਜੁੜ ਗਏ ਨੇ ਅਤੇ ਯੂਜ਼ਰਜ਼ ਦੀ ਗਿਣਤੀ 1.5 ਕਰੋੜ ਤੱਕ ਪਹੁੰਚ ਗਈ ਹੈ ਬੋਇੰਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸ ਹਫ਼ਤੇ ਦੇ ਸ਼ੁਰੂ ਹੋਣ ਵਾਲੇ ਕਰਮਚਾਰੀਆਂ ਨੂੰ ਸ਼ਾਂਤੀ ਦੇ ਨੋਟਿਸ ਜਾਰੀ ਕਰ ਰਿਹਾ ਜੋ ਭਾਰੀ ਕਰਜ਼ੇ ਦੇ ਬੋਝ ਹੇਠ ਦੱਬੀ ਜਹਾਜ਼ ਨਿਰਮਾਤਾ ਕੰਪਨੀ ਦੀ 17000 ਨੌਕਰੀਆਂ ਜਾਂ ਇਸ ਦੇ ਗਲੋਬਲ ਕਰਮਚਾਰੀਆਂ ਦੇ 10% ਦੀ ਕਟੌਤੀ ਦੀ ਵਿਆਪਕ ਯੋਜਨਾ ਤੋਂ ਪ੍ਰਭਾਵਿਤ ਹੈ ਇਸ ਹਫਤੇ ਨੋਟਿਸ ਪ੍ਰਾਪਤ ਕਰਨ ਵਾਲੇ ਅਮਰੀਕੀ ਕਰਮਚਾਰੀ ਜਨਵਰੀ ਤੱਕ ਬੋਇੰਗ ਦੇ ਨੋਟਿਸ ਪੀਰੀਅਡ ਤੇ ਰਹਿਣਗੇ ਕਰਮਚਾਰੀਆਂ ਨੂੰ ਉਹਨਾਂ ਦੀ ਨੌਕਰੀ ਖਤਮ ਕਰਨ ਤੋਂ ਪਹਿਲਾਂ 60 ਦਿਨ ਦਾ ਨੋਟਿਸ ਦਿੱਤਾ ਜਾਂਦਾ ਹੈ ਖਬਰਾਂ ਕਿ ਬੋਇੰਗ ਨਵੰਬਰ ਦੇ ਅੱਧ ਵਿੱਚ ਇੱਕ ਵਰਕਰ ਐਡਜਸਟਮੈਂਟ ਤੇ ਰੀਟ੍ਰੇਨਿੰਗ ਨੋਟੀਫਿਕੇਸ਼ਨ ਵਾਰਨਿੰਗ ਭੇਜੇਗਾ ਇਸ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ ਬੋਇੰਗ ਨੇ ਇੱਕ ਬਿਆਨ ਚ ਕਿਹਾ ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਅਸੀਂ ਆਪਣੀ ਵਿੱਤੀ ਹਕੀਕਤ ਅਤੇ ਤਰਜੀਹਾਂ ਦੇ ਇੱਕ ਵਧੇਰੇ ਕੇਂਦਰਿਤ ਸਮੂਹ ਦੇ ਅਨੁਕੂਲ ਹੋਣ ਲਈ ਆਪਣੇ ਕਰਮਚਾਰੀਆਂ ਦੇ ਪਦਰਾਂ ਨੂੰ ਅਨੁਕੂਲਿਤ ਕਰ ਰਹੇ ਹਾਂ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਸਾਡੇ ਕਰਮਚਾਰੀਆਂ ਦਾ ਸਮਰਥਨ ਕੀਤਾ ਜਾਵੇ ਇਹ ਨੋਟਿਸ ਉਦੋਂ ਆਏ ਨੇ ਜਦੋਂ ਬੋਇੰਗ ਨਵੇਂ ਸੀਈਓ ਕੈਲੀ ਓਟਬਰਗ ਦੇ ਅਧੀਨ 33000 ਤੋਂ ਵੱਧ ਯੂਐਸ ਵੈਸਟ ਕੋਸਟ ਕਰਮਚਾਰੀਆਂ ਦੁਆਰਾ ਹਫ਼ਤਿਆਂ ਤੋਂ ਚੱਲੀ ਹੜਤਾਲ ਦੇ ਬਾਅਦ ਆਪਣੇ ਸਭ ਤੋਂ ਵੱਧ ਵਿਕਣ ਵਾਲੇ 737 ਮੈਕਸ ਦੇ ਉਤਪਾਦਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਕਸ ਕੰਪਨੀ ਲਈ ਮਾਲੀਏ ਦਾ ਇੱਕ ਵੱਡਾ ਸਰੋਤ ਹੈ ਜਿਸ ਨੇ ਆਪਣੀ ਅਸਥਿਰ ਵਿੱਤੀ ਸਥਿਤੀ ਨੂੰ ਸੰਭਾਲਣ ਲਈ ਰੇਟਿੰਗ ਏਜੰਸੀਆਂ ਦੀਆਂ ਚਿੰਤਾਵਾਂ ਦੇ ਬਾਅਦ ਆਪਣੀ ਨਿਵੇਸ਼ ਗ੍ਰੇਡ ਰੇਟਿੰਗ ਨੂੰ ਸੁਰੱਖਿਅਤ ਕਰਨ ਲਈ ਅਕਤੂਬਰ ਦੇ ਅਖੀਰ ਚ 24 ਬਿਲੀਅਨ ਡਾਲਰ ਤੋਂ ਵੱਧ ਇਕੱਠਾ ਕੀਤਾ ਬੋਇੰਗ ਇਸ ਸਾਲ ਇੱਕ ਤੋਂ ਬਾਅਦ ਇੱਕ ਸੰਕਟ ਨਾਲ ਜੂਝ ਰਹੀ ਹੈ 5 ਜਨਵਰੀ ਤੋਂ ਸ਼ੁਰੂ ਹੋਈ ਜਦ ਕੇ 737 ਮੈਕਸ ਜੈਟ ਦਾ ਇੱਕ ਦਰਵਾਜ਼ਾ ਪੈਨਲ ਹਵਾ ਵਿੱਚ ਆਲੇ ਉੱਡ ਗਿਆ ਸੀ ਉਦੋਂ ਤੋਂ ਇਸ ਦੇ ਸੀਈਓ ਚਲੇ ਗਏ ਸੰ ਇਸ ਦਾ ਉਤਪਾਦਨ ਹੋਲੀ ਹੋ ਗਿਆ ਸੀ ਕਿਉਂਕਿ ਰੈਗੂਲੇਟਰ ਇਸ ਦੇ ਸੁਰੱਖਿਆ ਉਪਾਅਾਂ ਦੀ ਜਾਂਚ ਕਰ ਰਹੇ ਨੇ ਤੇ ਇਸ ਦੀ ਸਭ ਤੋਂ ਵੱਡੀ ਯੂਨੀਅਨ ਨੇ 13 ਸਤੰਬਰ ਨੂੰ ਹੜਤਾਲ ਸ਼ੁਰੂ ਕਰ ਦਿੱਤੀ ਸੀਗੀ 5 ਨਵੰਬਰ ਨੂੰ ਖਤਮ ਹੋਣ ਵਾਲੀ ਹੜਤਾਲ ਅਤੇ ਇਸ ਹਫ਼ਤੇ ਕੰਪਨੀ ਦੀਆਂ ਸਿਐਟਲ ਏਰੀਆ ਅਸੈਂਬਲੀ ਲਾਈਨਾਂ ਤੇ ਵਾਪਸ ਆਉਣ ਵਾਲੇ ਬੋਇੰਗ ਕਾਮੇ ਹੁਣ ਮੈਕਸ ਉਤਪਾਦਨ ਦੀ ਹੌਲੀ ਪੁਨਰ ਸੁਰਜੀਤੀ ਦਾ ਸਮਰਥਨ ਕਰਦੇ ਨੇ ਪਰ ਇਸ ਮਾਮਲੇ ਤੋਂ ਜਾਣੂ ਦੋ ਸਰੋਤਾਂ ਨੇ ਰਾਇਟਰਜ਼ ਨੂੰ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਚ ਅਮਰੀਕੀ ਜਹਾਜ਼ ਨਿਰਮਾਤਾ ਦੇ ਕਰਮਚਾਰੀਆਂ ਦੇ ਮਨੋਬਲ ਨੂੰ ਛਾਂਟੀ ਦੇ ਨਾਲ-ਨਾਲ ਖਰਚਿਆਂ ਅਤੇ ਯਾਤਰਾ ਚ ਕਟੌਤੀ ਨਾਲ ਪ੍ਰਭਾਵਿਤ ਗੁਣਾ ਦੱਸਿਆ ਜਾ ਰਿਹਾ ਸੂਤਰਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਬੁੱਧਵਾਰ ਨੂੰ ਬਹੁਤ ਸਾਰੇ ਕਰਮਚਾਰੀ ਬੌਸ ਨਾਲ ਫੋਨ ਕਾਲ ਜਾਂ ਜ਼ੂਮ ਮੀਟਿੰਗ ਦੀ ਉਡੀਕ ਕਰ ਰਹੇ ਸਨ ਕਿ ਕੀ ਉਹ ਆਪਣੀ ਨੌਕਰੀ ਗਵਾ ਦੇਣਗੇ ਕਿਉਂਕਿ ਉਹਨਾਂ ਨੂੰ ਮੀਡੀਆ ਨਾਲ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਦਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ